ਕਰ ਰਿਹਾ ਹਾਂ ਲਿਵਿੰਗ ਇੰਡੀਆ ਨਿਊਜ਼ 2 ਸਾਲ ਦੀ ਉਮਰ ਚ ਪਾਵਨੀ ਨੇ ਆਪਣਾ ਜਿਹੜਾ ਨਾਂ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਸਵਿੰਗ ਦੇ ਵਿੱਚ 5 ਸਾਲਾਂ ਦੀ ਉਮਰ ਚ ਉਸ ਨੇ ਮੈਡਲ ਤੱਕ ਵੀ ਜਿੱਤ ਲਿਆ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲੇ ਗੱਲ ਕਰਦੇ ਆ ਕਿਸ ਤਰ੍ਹਾਂ ਇਹਦੇ ਦਿਲ ਚ ਆਇਆ ਕਿ ਮੈਂ ਸਵਿੰਗ ਸਰੇ ਨੂੰ ਜਿਹੜਾ ਮਾਹੌਲ ਜਿਹੜਾ ਮੈਂスイਮਿੰਗ ਦੇ ਦਿੱਤਾ ਕਿਉਂਕਿ ਜਦੋਂ ਇਹ 2 ਸਾਲ ਦੀ ਸੀ ਜਦੋਂ ਇਹਨੇ ਚਲਣਾ ਸਟਾਰਟ ਕੀਤਾ ਸੀ ਤੇ ਮੈਂ ਇਹਨੂੰ ਆਪਣੇ ਨਾਲ সুইਮ ਪੂਲ ਤੇ ਲੈ ਕੇ ਜਾਂਦਾ ਰਿਹਾ ਉੱਥੇ ਬਾਕੀ ਬੱਚਿਆਂ ਨੂੰ ਦੇਖ ਕੇ ਇਹਦੇ ਮਨ 'ਚ ਵੀ সুইਮਿੰਗ ਕਰਨ ਦਾ ਚਾਹ ਹੋਇਆ ਤੇ ਮੈਂ ਉਹਨੂੰ ਜਿਹੜਾ ਕਿ ਫਿਰ ਪਾਣੀ ਦੇ ਵਿੱਚ ਹੌਲੀ-ਹੌਲੀ ਕਰਕੇ ਜਿਹੜੇ ਲਿਆ ਲੈਸਨ ਜਿਹੜੇ ਸਟਾਰਟ ਕਰਨੇ ਸ਼ੁਰੂ ਕੀਤੇ ਤੇ ਇਹਨੇ ਬਹੁਤ ਜਲਦੀ ਹੀ ਜਿਹੜਾ ਕੀ ਹੈ ਪਿਕਅਪ ਕਰਨਾ ਸ਼ੁਰੂ ਕਰ ਦਿੰਦੀ ਸੀ ਕਿ ਪਾਣੀ ਦੇ ਵਿੱਚ ਅੰਡਰਵਾਟਰ ਜਾ ਕੇ ਸਟੋਨ ਵਗੈਰਾ ਜਕਣਾ ਵੇ ਬਰੀਥਿੰਗ ਵਗੈਰਾ ਕਰਨੀ ਤੇ ਹੌਲੀ-ਹੌਲੀ ਕਰਦੇ ਹੋਏ ਬਹੁਤ ਜਲਦੀ ਇਹਨੇ ਜਿਹੜੇ ਕੀ ਹੈ ਫ੍ਰੀ ਔਰ 5 ਸਾਲ ਦੀ ਉਮਰ ਦੇ ਵਿੱਚ ਜਿਹੜੇ ਕੀ ਆ ਪੋਰਪਰ ਲੈਂਥਾ ਲਗਾ ਲਾ ਪੀਸੀ ਫਰੀ ਸਟਾਈਲ ਦੀ ਬ੍ਰੈਸਟ ਸਟ੍ਰੋਕ ਦੀਆਂ ਔਰ 5 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੀ ਆ ਫਰਸਟ ਮਾਡਰਨ ਜਿਹੜੀ ਆ ਸਟ੍ਰੇਟ ਰੈਲ ਦਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ সুইਮਿੰਗ ਔਰ ਰਨਿੰਗ ਦੋਨੋਂ ਦੇ ਵਿੱਚ ਇਹਨਾਂ ਨੇ ਕੰਬਾਈਨਡ ਸੀਗਾ ਰਨਿੰਗ ਤੋਂ ਬਾਅਦ ਜਿਹੜਾ ਕੀ ਆ ਸੁਮੀ ਕਰਨੀ ਸੀ সুইਮਿੰਗ ਤੋਂ ਬਾਅਦ ਫਿਰ ਰਨਿੰਗ ਕਰਨੀ ਸੀ ਔਰ ਇਹ ਚ ਅੰਡਰ 8 ਕੈਟਾਗਰੀ ਦੇ ਵਿੱਚ ਨੇ ਪਾਰਟਿਸਪੇਟ ਕਰਕੇ ਤੇ ਦੂਸਰਾ ਸਥਾਨ ਹਾਸਲ ਕੀਤਾ ਸੀ 2 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਬੱਚੇ ਦੇ ਲਈ ਹਾਂਜੀ ਹਾਂਜੀ ਪਰ ਐਡਾ ਚੀਫ ਟਾਰਗੇਟ ਬਹੁਤ ਮੁਸ਼ਕਲ ਹੁੰਦਾ ਸ਼ੁਰੂ ਕਹਿੰਦੇ ਨਾ ਕਿ ਮਛਲੀ ਦੇ ਬੱਚੇ ਨੂੰ ਕੋਈ ਤੈਰਨਾ ਸਿਖਾਉਂਦਾ ਨਹੀਂਗਾ ਕਿਉਂਕਿ ਤੇ ਖੂਨ ਦੇ ਵਿੱਚ ਕਿਉਂਕਿ ਮੈਂ ਖੁਦ ਜਿਹੜਾ ਕਿ 18 ਨੈਸ਼ਨਲ ਖੇਲੇ ਹੋਇਆ ਔਰ 2 ਸਾਲ ਨੈਸ਼ਨਲ ਚੈਂਪੀਅਨ ਆ ਔਰ ਮੇਰੇ ਜਿਹੜਾ ਕਿ ਬ੍ਰਦਰ ਅਸੀਂ ਦੋ ਬ੍ਰਦਰ ਔਰ ਇੱਕ ਸਿਸਟਰ ਤਿੰਨੋਂ ਹੀ ਜਿਹੜੇ ਕਿ ਅਸੀਂ সুইਮਿੰਗ ਦੇ ਨੈਸ਼ਨਲ ਪਲੇਅਰ ਆ ਔਰ ਮੇਰੇ ਫਾਦਰ ਨੇ ਜਿਹੜਾ ਕਿ ਇਹ ਸਟਾਰਟ ਕੀਤਾ ਸੀਗਾ ਤੇ ਐਜ਼ ਅ ਟੀਚਰ ਹੋ ਕੇ ਵੀ ਉਹਨਾਂ ਨੇ ਤਿੰਨੋਂ ਜਿਹੜਾ ਕਿ ਸਾਨੂੰ ਸਪੋਰਟਸ ਲੈਵਲ ਦੇ ਬਣਾਇਆ ਉਹੀ ਜਿਹੜੇ ਕੱਲੋ ਗੋਨੇ ਜਿਹੜੇ ਗਿਆ ਸਪੋਰਟਸ ਦੇ ਇਹਦੇ ਵਿੱਚ ਆਏ ਹੋਏ ਨੇ ਤੋਂ ਇਸ ਕਰਕੇ ਇਹਦਾ ਇੰਟਰਸਟ ਜਿਹੜਾ ਕਿ ਪਾਣੀ ਦੇ ਨਾਲ ਸ਼ੁਰੂ ਤੋਂ ਹੀ ਅਟੈਚਮੈਂਟ ਦੀ ਹੋਈ ਹੈ। ਰਾਕੀ ਦੇ ਨਾਲ ਨਾਲ ਪੜਾਈ ਚ ਕਿਸ ਤਰ੍ਹਾਂ ਦੀ ਸਰ ਪੜਾਈ ਦੇ ਵਿੱਚ ਵੀ ਬਹੁਤ ਅੱਛੀ ਹੈ ਕਿਉਂਕਿ ਇਹਨੇ ਐਲਕੇ ਜੀ ਯੂਕੇ ਜੀ ਦੇ ਵਿੱਚ ਵੀ ਜਿਹੜਾ ਕੀ ਆ 90% ਜਿਹੜਾ ਕੀ ਮਾਰਕਸ ਲਿੱਤੇ ਨੇ ਔਰ ਨਾਲ ਇਹਦੀ ਸਟੱਡੀ ਤੇ ਮੈਂ ਪੂਰਾ ਧਿਆਨ ਰੱਖਦਾ ਕਿਉਂਕਿ ਹੁਣ ਸਕੂਲੋਂ ਆ ਕੇ ਡੇਲੀ ਇਹ ਟਿਊਸ਼ਨ ਤੇ ਜਾਂਦੀ ਉਤੋਂ ਆ ਕੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਪ੍ਰੈਕਟਿਸ ਤੇ ਲੈ ਕੇ ਜਾਂਦਾ ਔਰ ਆਫ ਸੀਨ ਦੇ ਵਿੱਚ ਵੀ ਇਹ ਰਨਿੰਗ ਦੇ ਵੀ ਜਿੱਦਾਂ ਦੋਬਗਲ ਵਗੈਰਾ ਸਾਡੇ ਨਾਲ ਹੀ ਕਰਦੇ ਗ ਔਰ ਕਦੀਰ ਤੇ ਬਾਲਡਨ ਹੀ ਪਾਇਆ ਮੈਂ ਆਪਣਾ ਐਕਸਰਸਾਈਜ਼ ਕਰਦਾ ਆਪਣੇ ਨੂੰ ਫਿੱਟ ਰੱਖਣ ਲਈ ਇਹ ਮੇਰੇ ਨਾਲ ਨਾਲ ਕਰਦੀ ਹੈ ਤੇ ਮੇਰੇ ਨਾਲ ਆਪਣੇ ਮੈਂ ਕਹਿੰਦੀ ਕਿ ਆਂ ਵੀ ਸਪ੍ਰਿੰਟਰ ਲਗਾਨੀ ਹੈ ਮੈਂ ਨਾ ਮੈਂ ਸ਼ਾਰਟਸ ਸਪਿੰਡ ਲਗਾਨੀਆਂ ਲੌਂਗ ਸਪਿੰਡ ਲਗਾਨੀਆਂ ਤੇ ਉਹਦਾ ਹੋਲੀ ਲਈ ਦਾ ਇੰਟਰਸਟ ਜਿਹੜਾ ਕਿ ਇਹ ਬੱਚੇ ਦਾ ਮਾਹੌਲ ਉਹ ਜਿਹੜਾ ਦਿੱਤਾ ਬੱਚੇ ਨੂੰ ਸਪੋਰਟਸ ਦਾ ਕਿ ਬੱਚਾ ਸਪੋਰਟਸ ਦੇ ਵਿੱਚ ਜਿਹੜਾ ਕਿ ਆਪਣੇ ਆਪ ਨੂੰ ਦੇਖ ਰਿਹਾ ਕਿ ਮੈਂ ਕੁਝ ਕਰ ਸਕਦਾ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਉਹ ਤੁਹਾਡੇ ਪਰਸਨਲੀ ਹੈ ਇੱਕ ਮਾਂ ਦਾ ਬੇਟੀ ਤੇ ਜਿਆਦਾ ਜਿਹੜਾ ਹੱਥ ਹੁੰਦਾ ਉਸ ਨੂੰ ਸਿਖਾਉਣ ਦੇ ਲਈ ਪਰ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਮਦਰ ਤਾਂ ਨਹੀਂ ਚਲੋ ਫਾਦਰ ਦਾ ਹੱਥ ਬਹੁਤ ਜ਼ਿਆਦਾ ਇੱਕ ਪਰ ਉਹਨੇ ਆਪਣੀ ਕਦੇ ਮਦਰ ਨੂੰ ਮਿਸ ਮਹਿਸੂਸ ਨਹੀਂ ਕੀਤਾ ਨਹੀਂ ਸੱਚਨਾ ਕੇਸ ਵੀ ਚੱਲ ਰਿਹਾ ਹੈ ਲੇਕਿਨ ਜਦੋਂ ਕੋਰਟ ਤੇ ਵਿੱਚ ਲੈ ਕੇ ਜਾਂਦਾ ਇਹ ਸਾਫ਼ ਹੀ ਤੌਰ ਤੇ ਕਹਿੰਦੇ ਮੈਂ ਉਹਨੂੰ ਨਹੀਂ ਮਿਲਣਾ ਤੇ ਮੈਂ ਵੀ ਕੋਈ ਇੱਕ ਦੋ ਵਾਰੀ ਕੋਸ਼ਿਸ਼ ਵੀ ਕੀਤੀ ਕਿ ਚਲੋ ਸ਼ਾਇਦ ਇਹ ਮਿਲ ਲੈ ਪਰ ਇਹ ਸਾਫ਼ ਤੌਰ ਤੇ ਇਨਕਾਰ ਕਰ ਦਿੰਦੀ ਹੈ ਕਿ ਮੈਂ ਇਹਨੂੰ ਮਿਲਣਾ ਨਹੀਂ ਉਹ ਕਈ ਵਾਰੀ ਹੁੰਦਾ ਨੇ ਕਿ ਜਦੋਂ ਇਹ ਤੰਗ ਵੀ ਕਰਦੀ ਹੈ ਤੇ ਮੈਂ ਸੋ ਕਰ ਰਹਾਂ ਨਾ ਕਿ ਮੈਂ ਤੈਨੂੰ ਭੇਜ ਦਣਾ ਫਿਰ ਮੇਰੀ ਗੱਲ ਵੀ ਸੁਣਨ ਦੇ ਕਿ ਮੈਂ ਜਾਣਾ ਹੀ ਨਹੀਂਗਾ ਕਿਉਂਕਿ ਸਟਾਰਟਿੰਗ ਤੋਂ ਹੀ ਮੇਰੇ ਕੋਲ ਜਿਹੜੇ 6 ਮਹੀਨੇ ਦੇ ਸੀ ਉਦੋਂ ਹੀ ਮੇਰੇ ਕੋਲ ਰਹਿ ਰਹੀ ਸੀਗੀ ਹੌਲੀ ਹੌਲੀ ਕਰਦਾ ਕਰਦਾ ਜਿਹੜੀ ਕਿ ਇਹਦੀ ਅਟੈਚਮੈਂਟ ਜਿਹੜੀ ਕਿ ਆ ਮੇਰੇ ਨਾਲ ਹੋ ਗਈ ਔਰ ਸ਼ਾਇਦ ਉਹਦਾ ਵੀ ਅਸਰ ਹੈ ਕਿ ਮੈਨੂੰ ਪਤਾ ਸੀ ਮੈਂ ਇਕੱਲਾ ਹੀ ਆ ਤੋਦੇ ਕਾਰਨ ਵਿੱਚ ਮੈਂ ਜਿਹੜਾ ਕਿਦਾ ਧਿਆਨ ਪੂਰਾ ਰੱਖਿਆ ਕਿ ਆ ਵੀ ਮੈਨੂੰ ਹਮੇਸ਼ਾ ਦੇ ਨਾਲ ਲੈ ਕੇ ਜਾਣਾ ਪੈਂਦਾ ਸੀ ਕਿਉਂਕਿ ਘਰ ਵਿੱਚ ਛੱਡ ਕੇ ਜਾ ਨਹੀਂ ਸਕਦਾ ਸੀ। ਤੋਂ ਉਹਦੇ ਬੇਸਤੇ ਕਿ ਜਿਹੜਾ ਨੈਸ਼ਨਲ ਵਗੈਰਾ ਵੀ ਜਾਣਾ ਹੈ ਮੇਰੇ ਨਾਲ ਇਹਨੇ ਉੱਥੇ ਜਾਣਾ ਉੱਥੇ ਜਿਹੜੇ ਨੈਸ਼ਨਲ ਪੀਅਰ ਨੂੰ সুইমিং ਕਰਦੇ ਹੋਏ ਦੇਖਣਾ ਹੈ। ਤੋਂ ਅਬਜਲੀ ਆਪਣੇ ਆਪ ਵੀ ਕਈ ਬੱਚਾ ਆਬਜ਼ਰਵ ਕਰਦਾਂ। ਤੇਨੇ ਕਈ ਜਿਹੜੇ ਨੇ ਆਪਣੇ ਆਪ ਵੀ ਆਬਜ਼ਰਵ ਕੀਤੇ ਆ। ਕੁਝ ਮੈਂ ਇਹਨੂੰ ਦੱਸੀਆਂ। ਕੁਝ ਨੇ ਆਬਜ਼ਰਵ ਕੀਤੇ ਆ ਜਿਹੜੇ ਮੈਂ ਦੇਖਦਾ ਜੀ ਕੁਝ ਇਹ ਆਬਜ਼ਰਵ ਕਰਦੀ ਵੀ ਆ। ਮੈਂ ਇਹ ਚੀਜ਼ ਇਹਦੀ ਠੀਕ ਕਰਵਾ ਦਿੰ ਸੀ ਕਿ ਬੇਟਾ ਇਹਨੂੰ ਇਸ ਤਰ੍ਹਾਂ ਨਹੀਂ ਇਹਨੂੰ ਇਸ ਤਰ੍ਹਾਂ ਕਰਨਾ। ਤੋਂ ਅਬਜਲੀ ਕਿ 6 ਸਾਲ ਦੀ ਉਮਰ ਦੇ ਵਿੱਚ ਇਹ ਚਾਰੋਂ ਸ ਨੇ ਚਾਰੋਂ ਸਟੋਕ ਹੀ ਸਿੱਖ ਲਏ ਨੇ ਹੁਣ ਅੱਗੇ ਦੀ ਇਹਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਅ ਅੱਗੇ ਸਰ ਜਿਹੜਾ ਹੁਣ ਆਫਿਸ ਦੇ ਨਾਲ ਆ ਗਿਆ ਇੱਥੇ ਆਪਣੇ ਪੂਲ ਹੈ ਨੀਗਾ ਤੇ ਮੈਂ ਇਹਨੂੰ ਮਾਰਨਿੰਗ ਦੇ ਵਿੱਚ ਲੈ ਕੇ ਜਾਣਾ ਇੱਥੇ ਦੋਬੋ ਕਲੇ ਰੈਣੀ ਵਗੈਰਾ ਕਰਾਂਦਾ ਲੱਗੇ ਰ ਸਟੈਮਨਾ ਬਣਿਆ ਰਵੇ ਉਹਦੇ ਨਾਲ ਮੈਂ ਇੱਕ ਘਰ ਦੇ ਵਿੱਚ ਵੀ ਜਿਹੜਾ ਕਿ ਛੋਟਾ ਪੂਲ ਜਿਹੜਾ ਕਿ ਆ ਮੈਂ ਪਰਚੇਸ ਕੀਤਾ ਸੀਗਾ 8 ਫੁੱਟ ਦਾ ਉਹਦੇ ਵਿੱਚ ਵੀ ਮੈਂ ਉਹਨੂੰ ਜਿਹੜਾ ਕਿ ਇੱਕ ਵਾਰੀ ਪਾਣੀ ਭਰ ਕੇ ਤੇ ਇਹਨੂੰ ਜਿਹੜਾ ਕਿ ਗਲਾਈਡਿੰਗ ਵਗੈਰਾ ਜਾਂ ਇਹਨੂੰ ਲੈਗ ਐਕਸਰਸਨ ਵਗੈਰਾ ਦੱਸ ਦਰਦਾ ਤਾਂ ਕਿ ਇਹ ਭੁੱਲਣਾ ਜਾਵੇ ਮਤਲਬ ਕੀ ਦਾ ਕਹਿਣਾ ਪ੍ਰੈਕਟਿਸ ਜਿਹੜੀ ਕਿ ਦੀ ਕੰਟੀਨਿਊ ਚੱਲਦੀ ਰਹੇ ਕਿਉਂਕਿ ਇਹ ਬੜਾ ਵੱਡਾ ਡਰਾਪ ਹੈ ਕਿ ਆਪਣੇ ਪੰਜਾਬ ਦੇ ਲਈ ਜਿਹੜਾ ਸਰਦੀਆਂ ਦੇ ਵਿੱਚ ਜਿਹੜਾ ਕਿ ਪੂਲ ਬੰਦ ਹੋ ਜਾਂਦਾ ਔਰ ਬੱਚਿਆਂ ਨੂੰ ਜਿਹੜਾ ਕਿ ਬਾਹਰ ਜਾ ਕੇ ਪ੍ਰੈਕਟਿਸ ਕਰਨੀ ਪੈਂਦੀ ਜਾਂ ਉਹਨਾਂ ਦੀ ਪ੍ਰੈਕਟਿਸ ਛੁੱਟ ਜਾਂਦੀ ਹੈ ਜਿਸ ਦਿਨੇ ਆਪਣਾ ਇਹ ਪ੍ਰੋਬਲਮ ਹੱਲ ਹੋ ਪੂਲ ਜਿਹੜੇ ਬਣ ਕੇ ਉਸ ਦਿਨ ਕੀ ਆਪਣੇ ਪੰਜਾਬ ਦਾ ਰਿਜ਼ਲਟ ਜਿਹੜਾ ਕੀ ਹੈスイਮਿੰਗ ਦੇ ਵਿੱਚ ਹੋਰ ਵੀ ਵਧੀਆ ਹੋਏਗਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜਦੋਂ ਪਵਨੀ ਕੋਈ ਮੈਡਲ ਜਿੱਤਦੀ ਹੈ ਜਾਂ ਕੋਈ ਸ਼ੀਲਡ ਜਿੱਤਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਹੱਥ 'ਚ ਫੜਾਇਆ ਕਾਫੀ ਹਾਂਜੀ ਨੇ ਬਹੁਤ ਅੱਛਾ ਅਸਰ ਫੀਲ ਹੁੰਦਾ ਕਿਉਂਕਿ ਮੈਂ ਕਿਉਂਕਿ ਜਦੋਂ ਇਹਦਾ ਟੂਰਨਾਮੈਂਟ ਵਗੈਰਾ ਹੁੰਦਾ ਕਈ ਵਾਰੀ ਮੈਂ ਖੁਦ ਵੀ ਆਪਣਾ ਕੋਸ਼ਿਸ਼ ਕਰਦਾ ਕਿ ਮੈਂ ਹੁਣ ਵੀ ਮਾਸਟਰ ਗੇਮਸ ਖੇਡਾਂ ਪਰ ਕਈ ਵਾਰੀ ਕਲੈਸ਼ ਹੋ ਜਾਂਦੀਆਂ ਗੇਮਸ ਗਿਆ ਵੀ ਇੱਕ ਪਾਸੇ ਮੇਰੇ ਗੇਮਸ ਹੁੰਦੇ ਇੱਕ ਪਾਸੇ ਇਹਦੀਆਂ ਮੈਂ ਫਿਰ ਆਪਣੀ ਗੇਮ ਛੱਡ ਦਿੰਦਾ ਕੋਈ ਨਹੀਂ ਕਿ ਭਈ ਮੈਂ ਤਾਂ ਹੁਣ ਜੋ ਕਰਨਾ ਸੀ ਕਰ ਲਿਆ ਤੇ ਕਿ ਮੈਂ ਇਹਦੇ ਵੱਲ ਫੋਕਸ ਕਰਾਂ ਜਿਸ ਤਰ੍ਹਾਂ ਨਾਈਟ ਨੂੰ ਲਖਨਊ ਦੇ ਵਿੱਚ ਮਾਸਟਰ ਗੇਮ ਸੀਗੀਆਂ ਮੈਂ ਇਹਦਾ ਸ਼ੌਂਕ ਸੀ ਕਿ ਮੈਂ ਉੱਥੇ ਜਾ ਕੇ ਪਾਰਟਿਸਪੇਟ ਕਰਾਂ ਪਰ ਉਸ ਦਿਨ ਇਹਦਾ ਜਿਹੜਾ ਕੀ ਆ ਸਕੂਲ ਦੇ ਵੱਲੋਂ ਐਨ ਫੰਕਸ਼ਨ ਸੀਗਾ ਤੇ ਇਸ ਕਰ ਔਰ ਮੇਰੀ ਖੁਦ ਦਿ ਲੋ ਖੁਆਇਸ਼ ਹੈ ਕਿਉਂਕਿ ਮੈਂ 18 ਨੈਸ਼ਨਲ ਖੇਡੇ ਆਂ ਔਰ ਇੰਡੀਆ ਲਈ ਜਿਹੜਾ ਕਿ ਮੈਡਲ ਲੈਣ ਦਾ ਮੌਕਾ ਨਹੀਂ ਮੈਨੂੰ ਮਿਲਿਆ ਕਿਉਂਕਿ ਇੱਕ ਦੋ ਵਾਰੀ ਸਿਲੈਕਸ਼ਨ ਵੀ ਹੋਈ ਉਹਦੇ ਵਿੱਚ ਓਵਰ ਓਵਰੇਜ ਹੋ ਗਈ ਤੇ ਇੱਕ ਦੋ ਵਾਰੀ ਦਾ ਵਰਲਡ ਯੂਨੀਵਰਸਿਟੀ ਵੀ ਸਿਲੈਕਸ਼ਨ ਹੋਈ ਤੇ ਟੀਮ ਗਈ ਨਹੀਂ ਤੇ ਹੁਣ ਮੇਰਾ ਇਹ ਹੈ ਕਿ ਆ ਵੀ ਮੈਂ ਜੋ ਨਹੀਂ ਅਚੀਵ ਕਰ ਸਕੇ ਇੰਡੀਆ ਦੇ ਲਈ ਕਿਵੇਂ ਆਪਣੇ ਮੇਰੀ ਬੇਟੀ ਅਚੀਵ ਕਰੇ ਤੇ ਮੇਰੀ ਪੂਰੀ ਦਿਲ ਦੀ ਇਖਵਾਇਸ਼ ਹੈ ਕਿ ਇੱਕ ਦਿਨ ਇਹ ਕਹਿ ਸਕਦੇ ਆਪਾਂ ਕਿ ਇੱਕ ਬਾਪ ਦਾ ਸੁਪਨਾ ਬੇਟੀ ਪੂਰਾ ਕਰੇ ਹਾਂ ਬਸ ਉਹੀ ਕਹਿ ਸਕਦੇ ਤੁਸੀਂ ਕਿ ਇੱਕ ਦਿਨ ਮੈਂ ਇਹ ਜਾਨਣਾ ਕਿ ਇੰਡੀਆ ਦਾ ਫਲੈਗ ਫੜੇ ਤੇ ਇੰਡੀਆ ਲਈ ਮੈਡਲ ਲੈ ਕੇ ਆਵੇ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੇ ਨਾਲ ਮੇਰਾ ਨਾਮ ਰੋਸ਼ਨ ਕਰੇ ਤੇ ਇਹੀ ਮੇਰੀ ਦਿਲ ਦੀ ਇਖਵਾਇਸ਼ ਹੈ ਬਾਕੀ ਰੱਬ ਤੇ ਮੇਰਾ ਕਿ ਕਿੰਨਾ ਕ ਅਚੀਵ ਕਰਦੀ ਕਿੰਨਾ ਕ ਇੰਟਰਸਟ ਜਿਹੜਾ ਕਿ ਦਿਖਾਉਂਦੇ ਕਿਉਂਕਿ ਇਹ ਹਜੇ ਛੋਟੀ ਏਜ ਆ ਕਿ ਜਰੋ ਇਹਦੇ ਚ ਇੱਕ ਲਗਨ ਲੱਗ ਗਈ ਕਿ ਮੈਂ ਅਚੀਵ ਕਰਨੀ ਕੋ ਇੰਟਰਨਲ ਜਰੋ ਤਾਂ ਕਿਹਦੇ ਚ ਆ ਗਈ ਨਾ ਕਿ ਮੈਂ ਇੰਡੀਆ ਲਈ ਅਚੀਵ ਕਰਨਾ ਮੈਡਲ ਲੈ ਕੇ ਆਨੇ ਉਸ ਦਿਨ ਹੀ ਜਿਹੜਾ ਕਹਿ ਸਕਦੇ ਕਿ ਬੱਚਾ ਇੰਪਰੂਵ ਕਰੇਗਾ ਬਿਲਕੁਲ ਜਿਸ ਤਰ੍ਹਾਂ ਕਿ ਇਹਨਾਂ ਨੇ ਗੱਲ ਕੀਤੀ 2 ਸਾਲ ਦੀ ਉਮਰ ਚ ਜਿਹੜੀ ਤੇਰਾਕੀ ਸਿੱਖੀ ਪਵਨੀ ਨੇ ਤੇ 5 5ਵੇਂ ਸਾਲ ਚ ਜਾ ਕੇ ਉਸ ਨੇ ਆਪਣੇ ਪਿਓ ਦੀ ਝੋਲੀ ਚ ਮੈਡਲ ਤੇ ਸ਼ੀਲਡਾਂ ਜੜੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਪਿਤਾ ਨੂੰ ਵੀ ਉਸ ਤੇ ਬੜੀ ਆਸ ਹੈ ਕਿ ਜਿਹੜੇ ਸੁਪਨੇ ਉਹ ਨਹੀਂ ਪੂਰੇ ਕਰ ਸਕੇ ਉਹਨਾਂ ਦੀ ਬੇਟੀ ਉਹਨਾਂ ਦੇ ਸੁਪਨੇ ਪੂਰੇ ਕਰੇਗੀ ਕੈਮਰਾਮੈਨ ਜਵੇਸ਼ ਦੇ ਨਾਲ ਵਿਨੋਦ ਸੱਬਰਵਾਲ ਲਿਵਿੰਗ ਇੰਡੀਆ న్యూਸ ਜਲੰਧਰ